ਮਾਜਰੀਆ ਪਹਿਲਾਂ ਜਿਤਾਇਆ ਵੋਟਾਂ ਪਾਈਆਂ ਉਹਨਾਂ ਤਾਂ ਇਧਰਲੇ ਪਿੰਡ ਵੀ ਨਹੀਂ ਦੇਖੇ ਹੋਣੇ ਵੀ ਉਰੇ ਪਿੰਡ ਹੈ ਕੋਈ ਹਾਂਜੀ ਮਤਲਬ 5 ਸਾਲ ਦੇ ਵਿੱਚ ਬਿਲਕੁਲ ਵੀ ਗੇੜਾ ਨਹੀਂ ਮੈਂ ਕਹਿੰਦਾ ਇੱਕ ਗੇੜਾ ਵੀ ਨਹੀਂ ਆਇਆ ਹੀ ਨਹੀਂ ਹੈਗਾ ਉਹ ਸ਼ਕਲ ਵੀ ਨਹੀਂ ਦੇਖੀ ਉਹਦੀ ਕਿਹਾ ਜਾਏ ਉਹ ਫਿਰ ਹੁਣ ਤੁਸੀਂ ਹੁਣ ਅੱਗੇ ਨੂੰ ਆਉਣ ਵਾਲੇ ਸਮੇਂ 'ਚ ਕਿਹੜਾ ਐਮਪੀ ਆਉਣ ਵਾਲਾ ਦੇਖੂਗੇ ਜੀ ਸੋਚੂਗੇ ਕੋਈ ਵਧੀਆ ਬੰਦਾ ਲਿਆਉਂਗੇ ਉਹਨੂੰ ਸੋਚੂਗੇ ਅਸੀਂ ਸੋਚਣਾ ਜਿਹੜੀ ਬੀਬੀ ਗਰਚਾ ਸਾਨੂੰ ਕਹੂਗੀ ਉਹਨੂੰ ਪਾਣੀ ਆ ਜੀ ਵੋਟਾਂ ਚਾਹੇ ਜਿਹਨੂੰ ਮਰਜ਼ੀ ਕਹਿ ਦੇਵੇ ਉਹਦੇ ਗੱਲ ਪਾਣੀ ਆ ਜੀ ਜਿਹੜੇ ਬੀਬੀ ਗਰਚਾ ਹੈ ਉਹਨਾਂ ਨੂੰ ਤਾਂ ਇਹ ਕਹਿੰਦੇ ਵੀ ਇਹ ਪਾਰਟੀ ਤੋਂ ਕੱਢੇ ਹੋਏ ਆ ਪੈ ਕੱਢੇ ਹੋਏ ਜਿਹਨੂੰ ਉਹ ਕਹੋਗੇ ਸੀ ਉਹਨਾਂ ਨੂੰ ਪਾ ਦੇਣੀ ਆ ਜੀ ਤੁਸੀਂ ਮਤਲਬ ਆ ਤੁਸੀਂ ਦੇਖ ਰਹੇ ਹੋ ਕਿੰਨੀ ਬੁਰੀ ਹਾਲੀ ਸੜਕਾਂ ਦੇ ਸਾਰੇ ਕਿਸੇ ਦਾ ਨੀਲਾ ਕਰਨੀ ਜੀ ਬੰਦਾ ਕਿਸੇ ਦਾ ਪਿੰਡ ਵਿੱਚ ਕੋਈ ਸਹੂਲਤ ਨਹੀਂ ਜੀ ਦੇਈ ਕਿਸੇ ਸਰਕਾਰ ਨੇ ਕੋਈ ਆਣ ਕੇ ਪੁੱਛਦਾ ਨਹੀਂ ਜੀ ਹੈ ਮੋਟਾ ਟਾਈਮ ਆ ਜਾਂਦੇ ਜੀ ਬੰਦੇ ਕੋਈ ਸ਼ਕਲ ਨਹੀਂ ਬਣਦਾ ਹੈ ਸਾਡੇ ਪਿਛਲੀ ਵਾਰੀ ਕਮਰ ਸੰਧੂ ਬਣੇ ਤੇ ਜੀ ਇਲਾਕੇ ਤੋਂ ਉਹਨਾਂ ਨੇ ਇੱਕ ਵਾਰੀ ਵੀ ਆ ਕੇ ਸਾਡੇ ਪਿੰਡ ਦਾ ਹਾਲ ਨਹੀਂ ਜੀ ਪੁੱਛਿਆ ਉਸ ਤੋਂ ਪਹਿਲਾਂ ਕੰਗ ਸਾਹਿਬ ਤੇ ਉਹਨਾਂ ਨੇ ਆ ਕੇ ਸਾਨੂੰ ਸ਼ਕਲ ਨਹੀਂ ਬਣਾਈ ਦਿੱਤੀ ਸਾਡੀ ਤਾਂ ਕਿਸੇ ਤੱਕ ਕੋਈ ਓਨੀ ਜੀ ਹੈ ਸਾਨੂੰ ਤਾਂ ਪਾਰਟੀ ਇਹੀ ਜੀ ਚਾਹੀਦੀ ਕੋਈ ਜਿਹੜਾ ਪਿੰਡਾਂ ਦਾ ਕੰਮ ਕਰੇ ਜੀ ਵਧੀਆ ਇਹੀ ਜੀ ਸਰਕਾਰ ਕਰਦੀ ਹੈ ਸੋ ਆਪਾਂ ਅੱਜ ਦੇਖ ਰਹੇ ਹਾਂ ਸਾਹਮਣੇ ਤੁਹਾਡੇ ਜਿਹੜਾ ਪਿੰਡਾਂ ਦਾ ਹਾਲ ਹੈ ਨੌਜਵਾਨ ਹੋ ਗਏ ਬਜ਼ੁਰਗ ਹੋ ਗਏ ਆਮ ਜਿਹੜੇ ਬੱਚਿਆਂ ਤੱਕ ਵੀ ਜਿਹੜੇ ਆਪਣੇ ਛੱਟੀਆਂ ਬੀਬੀਆਂ ਭੈਣਾਂ ਮਤਲਬ ਸਾਰੇ ਹੀ ਇਸ ਜੋ ਹਲਕੇ ਦੇ ਵਿੱਚ ਜਿਹੜਾ ਇਹ ਜੁੜਨ ਵਾਲਾ ਰੋਡ 50 ਪਿੰਡਾਂ ਦੇ ਨਾਲ 50 ਪਿੰਡਾਂ ਦੇ ਨਾਲ ਟੱਚ ਹੋਣ ਦੇ ਬਾਵਜੂਦ ਵੀ ਇਸ ਇਲਾਕੇ ਦੀ ਜਿਹੜੀ ਸੜਕ ਹੈ ਪਿਛਲੇ 13 ਸਾਲਾਂ ਤੋਂ ਜਿਵੇਂ ਲੋਕਾਂ ਨੇ ਦੱਸਿਆ ਹੈ ਤੋ 13 ਸਾਲਾਂ ਤੋਂ ਇਹ ਸੜਕ ਨਹੀਂ ਬਣੀ ਸੋ ਇਹਦੇ ਵਿੱਚ ਅਸੀਂ ਕਸੂਰਵਾਰ ਕਿਸ ਨੂੰ ਮੰਨੀਏ ਕਿਸ ਨੂੰ ਨਾ ਮੰਨੀਏ ਕਿਉਂਕਿ ਸਮੇਂ ਦੀਆਂ ਸਰਕਾਰਾਂ ਵੀ ਆਉਂਦੀਆਂ ਸਿਰਫ ਵੋਟਾਂ ਤੱਕ ਦੀ ਰਾਜਨੀਤੀ ਕਰਕੇ ਆਪਣੇ ਆਪਣੇ ਘਰੇ ਜਾ ਪਹੁੰਚਦੀਆਂ ਸੋ ਕਿਸੇ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਅੱਜ ਇਹ ਕੇਸ ਨਿਊਜ਼ ਦੀ ਜਿਹੜੀ ਟੀਮ ਹੈ ਪਿੰਡ ਰੁੜਕੀ ਨੀਅਰ ਤਿਊੜ ਨਿਊ ਚੰਡੀਗੜ੍ਹ ਦੇ ਨਾਲ ਵਸਿਆ ਹੋਇਆ ਇਲਾਕਾ ਜੋ ਕਿ ਪੌਰਸ਼ ਏਰੀਆ ਮੰਨਿਆ ਜਾਂਦਾ ਹੈ ਇਸ ਚੰਡੀਗੜ੍ਹ ਦੇ ਨੇੜੇ ਪਰ ਸਹੂਲਤਾਂ ਤੋਂ ਵਾਂਝਾ ਸੋ ਏ ਕੇ ਐਸ ਨਿਊਜ਼ ਤੋਂ ਰਵਿੰਦਰ ਸਿੰਘ ਕੈਮਰਾਮੈਨ ਸਤਨਾਮ ਦੇ ਨਾਲ ਏ ਕੇ ਐਸ ਨਿਊਜ਼ ਸਾਰਿਆਂ ਨੂੰ ਅਸੀਂ ਬਾਰ ਬਾਰ ਬਣਾ ਕੇ ਦੇਖ ਲਿਆ ਅਸੀਂ ਤਾਂ ਇੰਨੇ ਦੁਖੀ ਹਾਂ ਵੀ ਅਸੀਂ ਕਹਿੰਦੇ ਵੀ ਕਿਸੇ ਨੂੰ ਵੀ ਅਸੀਂ ਵੋਟ ਨਹੀਂ ਪਾਉਣੀ ਇਹਨਾਂ ਨੂੰ ਯਾਨੀ ਤੁਸੀਂ ਫਿਰ ਨੋਟਾ ਦੱਬਣਾ ਹਾਂਜੀ ਸਾਰੇ ਪਿੰਡ ਨਹੀਂ ਸਾਰੇ ਪਿੰਡ ਦਾ ਹੀ ਇਹੋ ਜਿਹਾ ਮਾਹੌਲ ਹੈਗਾ ਵੀ ਇਹਨਾਂ ਨੂੰ ਪਾਉਣੀ ਨਹੀਂ ਵੋਟ ਨੋਟਾ ਕਿਹਾ ਤਾਂ ਰਾਸ਼ਟਰਪਤੀ ਰਾਜ ਚਾਹੀਦਾ ਅੱਛਾ ਇੱਕ ਗੱਲ ਹੋਰ ਦੱਸੋ ਤੁਸੀਂ ਇਹ ਚੁਣਨੇ ਹੀ ਨਹੀਂ ਜਿਹੜੀ ਆ ਸੜਕ ਹੈ ਇਹ ਕਿੰਨੇ ਪਿੰਡਾਂ ਨਾਲ ਲਿੰਕ ਕਰਦੀ ਹੈ ਇਹਨੂੰ ਤਾਂ ਹੁਣ ਤੁਸੀਂ ਗਿਣ ਲਓ ਜੀ 50 ਪਿੰਡਾਂ ਨੂੰ ਲੱਗਦੀ ਹੈਗੀ ਇਹ ਜਿਹੜੀ ਖੇੜ ਤੱਕ ਜਾ ਕੇ ਇਹਨਾਂ ਨੇ ਨਿਬੜਨਾ ਹੈ ਮੇਨ ਰੋਡ ਇਹੀ ਹੈ ਮੁੱਲਾਂਪੁਰ ਤੇ ਖੈਣ ਮੁੱਲਾਂਪੁਰ ਤੇ ਕਿਹਾ ਉੱਪਰ ਤੇ ਬਹੁਤ ਦੂਰ ਤੱਕ ਆਉਂਦੀ ਹੈ ਜੀ ਇਹ ਤਾਂ ਜਿਹੜੇ ਆਪਣੇ ਐਮਪੀ ਉਮੀਦਵਾਰ ਹੈ ਹਾਂਜੀ ਉਹ ਆਏ ਇੱਥੇ ਕੋਈ ਨਹੀਂ ਆਇਆ ਮੁੜ ਕੇ ਕੋਈ ਨਹੀਂ ਵੋਟਾਂ ਦੇ ਬਾਅਦ ਕੋਈ ਨਹੀਂ ਆਉਂਦਾ ਹੈਗਾ ਵੋਟਾਂ ਤੱਕ ਹੀ ਆਈ ਜਾਂਦੇ ਪਹਿਲਾਂ ਤੁਹਾਡੇ ਇੱਥੇ ਤੋਂ ਚੰਦੂ ਮਜਰਾ ਸਾਹਿਬ ਜਿੱਤੇ ਕਿਤੇ 5 ਸਾਲਾਂ ਵਿੱਚ ਉਹ ਵੀ ਆਏ ਚੰਦੂ ਮਜਰਾ ਵੀ ਨਹੀਂ ਆਇਆ ਹੈਗਾ 5 ਸਾਲ ਮਾ ਆਇਆ ਕੋਈ ਨਹੀਂ ਹੈਗਾ ਅੱਛਾ ਪਿੰਡ 'ਚ ਆਇਆ ਹੀ ਨਹੀਂ ਕਦੇ ਆਇਆ ਹੀ ਨਹੀਂ ਅੱਛਾ ਤੁਸੀਂ ਫਿਰ ਚੰਦੂ ਮਜਰਾ ਸਾਹਿਬ ਦਾ ਫਿਰ ਆਉਣੇ ਇਸ ਵਾਰ ਅਸੀਂ ਤਾਂ ਹੁਣ ਬਾਈਕਾਟ ਕਰਦੇ ਆ ਅਸੀਂ ਵੀ ਜਾਂਦੇ ਸੜਕੀ ਨੂੰ ਇੱਕ ਘੰਟੇ ਤੋਂ ਸਿਰਾ ਲੱਗ ਜਿਹੜੇ ਫਿਰ 5 ਮਿੰਟ ਦਾ ਰਸਤਾ ਹੋਵੇ ਰੁਕੀ ਜਾਂਦਾ ਪੂਰੀ ਹਿਸਾਬ ਨਾਲ ਸੋ 5 ਮਿੰਟ ਦਾ ਰਾਹ ਘੰਟਿਆਂ ਦੇ ਵਿੱਚ ਇਹਨਾਂ ਨੂੰ ਲੰਘਣਾ ਪੈਂਦਾ ਹੈ ਇਸ ਰਸਤੇ ਤੇ 5 ਮਿੰਟ ਦਾ ਰਾਹ ਆਪਣੇ ਵੀਰ ਇਹ ਵੀ ਇੱਥੋਂ ਲੰਘਦੇ ਆ ਰੋਜ਼ ਇਹ ਤੁਸੀਂ ਵੀ ਦੱਸਿਓ ਜੀ ਕਿੱਦਾਂ ਇੱਥੇ ਮੇਰੇ ਯਾਰ ਮੈਂ ਦਿਉੜ ਪਿੰਡ ਦਾ ਮੈਂ ਡੇਲੀ ਚੰਡੀਗੜ੍ਹ ਪੰਜਾਬ ਪੁਲਿਸ ਹੈਡਕੁਆਟਰ ਜਾਂਦਾ ਜੀ ਅਤੇ ਮੇਰੇ ਕੋਲ ਇੱਕ ਮੋਟਰਸਾਈਕਲ ਟੁੱਟਿਆ ਮੈਂ ਕਹਿੰਦਾ ਨਵਾਂ ਲਿਆ ਸੀ 2 ਸਾਲ ਦੇ ਵਿੱਚ ਵਿੱਚ ਇੰਨਾ ਕੁ ਬੁਰਾ ਹਾਲ ਹੋ ਗਿਆ ਨਾ ਮੇਰੇ ਘਰੇ ਖੜਿਆ ਤੁਸੀਂ ਦੇਖ ਲਓ ਉਹਦਾ ਕਿਆ ਹਾਲ ਹੋ ਗਿਆ ਅਤੇ ਦੂਸਰੀ ਗੱਲ ਹੈ ਇਹ ਪਹਿਲਾਂ ਕਦੇ ਉਹ ਸਾਨੂੰ ਕਿੱਦਾਂ ਮੈਸੇਜ ਕੀਤਾ ਕਿਤੇ ਵੀ ਉਹ ਸਾਈਕਲ ਪਰ ਜਾਂਦੀ ਹੈ ਮੈਂ 3-4 ਵਾਰ ਤਾਂ ਮੈਂ ਡਿੱਗ ਲੈਂਦੀ ਹੈ ਮੇਰਾ ਬੈਗ ਮੇਰੇ ਨਾਲੇ ਡਿੱਗ ਲੈਂਦਾ ਓਕੇ ਅੱਛਾ